तस्वीर च दिखाई दे रही इस बुजुर्ग माता नूं ध्यान नाल देखो। ये उही माता है जो कुछ दिन पहला मुख्यमंत्री चरणजीत सिंह चन्नी कोल अपना एक मसला हल कराउण दी बेनती लैके गई सी, पर मसला हल होण दी थां माता नाल ओह खौफनाक भाणा वापरिया कि पिंड वालियां दे वी होश उड गए। इस माता दी मुख्यमंत्री चन्नी नाल मुलाकात वेले दी एक वीडियो भी मौजूद है। इस वीडियो च तुसी साफ साफ देख सकते हो कि माता नाल मुलाकात दे दौरान चन्नी माता दे पैरी हथ भी लाउंदा है, ते फिर फटाफट ही मुलाकात करन आए दूजे व्यक्ति नूं बुला लेंदा है। मामला है नकोदर दे पिंड चीमा कलां दा, जिथे इकट्ठे होए पिंड दे लोग वैण पा पा रो रहियां जनानियां ते बल रहा ए सिवा इस बिरद माता दा ही है। असल च इस पिंड दी रहण वाली बुजुर्ग माता रजिंदर कौर वजीरे आला चन्नी दियां सिफतां सुन लंबे समय तो लटकिया अपना एक मसला हल कराउण लई उस कोल जांदी है। चन्नी हुरी माता नूं दरखास्त देण दी गल आखदे ने, ते दरखास्त ना होण दे कारण दोबारा आ के दरखास्त देण लई कह दिंदे ने। फिर हल होण दी थां ਇੱਥੋਂ ਹੀ ਉਲਝ ਜਾਂਦਾ ਹੈ ਮਾਤਾ ਦਾ ਸਾਰਾ ਮਸਲਾ। ਕਿਤੇ ਹੁਣ ਲੋਕਾਂ ਮਸਲੇ ਹੱਲ ਕਰਦੇ ਆ, ਇੱਦਾਂ ਕੋਈ ਮਾਤਾ ਨੇ ਵੀਡੀਓ ਦੇਖੀ ਸੀਗੀ ਫੇਸਬੁੱਕ 'ਤੇ, ਅਤੇ ਵੀਡੀਓ ਦੇਖ ਕੇ ਚੰਨੀ ਸਾਹਿਬ ਨੂੰ ਮਿਲਣ ਚੱਲ ਗਏ ਸੀਗੇ। ਅਤੇ ਜਦੋਂ ਮਿਲਣ ਗਏ ਤਾਂ ਫਿਰ ਚੰਨੀ ਸਾਹਿਬ ਨੇ ਕਿਹਾ ਸੀ, ਮਾਤਾ ਵੀ ਜੇ ਕੋਈ ਦਰਖਾਸਤ ਲਿਆਈ ਹੈ, ਜੇ ਕੋਈ ਮਸਲਾ ਤਾਂ ਮੈਨੂੰ ਦੇ ਹੈ ਨਾ, ਵੀ ਮੈਂ ਹੱਲ ਕਰਵਾ ਦੂੰਗਾ। ਅਤੇ ਮਾਤਾ ਦਰਖਾਸਤ ਲੈ ਕੇ ਨਹੀਂ ਗਈ ਸੀਗੀ, ਅਤੇ ਉਦੋਂ ਬਾਅਦ ਫਿਰ ਉਹ ਕਹਿੰਦੇ ਚੱਲ ਮਾਤਾ ਸਾਨੂੰ 2-4 ਦਿਨਾਂ ਤੱਕ ਤੂੰ ਦੇ ਜੀ। ਮਾਤਾ ਫਿਰ ਉਦੋਂ ਬਾਅਦ 2-3 ਵਾਰੀ ਗਏ, ਉਹਨਾਂ ਕਿਸੇ ਨੇ ਦਰਖਾਸਤ ਨਹੀਂ ਲਈ ਜਾਂ ਫਿਰ ਚੰਨੀ ਸਾਹਿਬ ਮਿਲੇ ਨਹੀਂ। ਅਤੇ ਇੱਦਾਂ ਹੀ ਹੁਣ ਪਰਸੋਂ ਗਈ ਸੀਗੀ ਦਰਖਾਸਤ ਦੇਣ ਦੁਆਰਾ ਫਿਰ ਉਹਨਾਂ ਨੂੰ ਇਹ ਟਾਈਪ ਕਰਕੇ, ਅਤੇ ਉਦੋਂ ਬਾਅਦ ਉੱਥੇ ਕਿਸੇ ਨੇ ਕਹਿੰਦੇ ਵੀ ਦਰਖਾਸਤ ਨਹੀਂ ਲਈ ਹੈਗੀ। ਅਤੇ ਉਦੋਂ ਬਾਅਦ ਕੋਈ ਫੋਨ ਆ ਸੀ DSP ਸਾਹਿਬ ਚੰਡੀਗੜ੍ਹੋਂ ਵੀ ਤੁਹਾਡੀ ਮਾਤਾ ਨੇ ਕੁਛ ਚੀਜ਼ ਖਾ ਲਈ ਆ, ਅਤੇ ਜਿਹਦੇ ਕਰਕੇ ਰੈਫਰ PGI ਕਰਨ ਲੱਗੇ ਹਾਂ। ਬਸ ਉਦੋਂ ਬਾਅਦ ਫਿਰ ਅੱਧੇ ਘੰਟੇ ਦਾ ਫੋਨ ਆ, ਕਹਿੰਦੇ ਨੇ ਪੂਰੇ ਹੋ ਗਏ। ਹੁਣ ਵੀਰ ਜੀ ਤੁਸੀਂ ਕੀ ਮੰਗ ਕਰਦੇ ਹੋ? ਮੈਂ ਮੰਗ ਕੋਈ ਨਹੀਂ ਕਰਦਾ, ਬਸ ਇਹੀ ਸੀ ਵੀ ਜੇ ਚੰਨੀ ਸਾਹਿਬ ਉੱਦਣ ਮਾਤਾ ਦੀ ਦਰਖਾਸਤ ਲੈ ਲੈਂਦੇ ਤਾਂ ਸ਼ਾਇਦ ਇਹ ਅੱਜ ਦਿਨ ਨਾ ਆਉਂਦਾ। ਬਸ ਇਹੀ ਸੀਗਾ, ਹੋਰ ਤਾਂ ਕੁਛ ਨਹੀਂ ਸੀਗਾ। ਇਹ ਮਾਮਲਾ ਕੀ ਸੀਗਾ ਇਹ? ਮਾਮਲਾ ਸਾਡਾ ਕੋਈ ਨਹੀਂ ਭਾਈ, ਸਾਡਾ ਪੁਰਾਣਾ ਜ਼ਮੀਨ ਦਾ ਕੋਈ ਚੱਲਦਾ ਸੀਗਾ ਬਸ, ਉਹ ਵੀ ਨਾਨਕਿਆਂ ਨਾਲ ਹੀ ਸੀਗਾ, ਇੱਦਾਂ ਦੀ ਕੋਈ ਵੱਡੀ ਗੱਲ ਨਹੀਂ ਸੀਗੀ। ਅਤੇ ਉਹ ਮਾਤਾ ਸੀ ਬਸ ਜ਼ਮੀਨ ਕਰਕੇ ਵੀ ਹਿੱਸਾ ਲੈਣਾ, ਜਿੱਦਾਂ ਅੱਜ ਕੱਲ੍ਹ ਕੁੜੀਆਂ ਲੈਂਦੀਆਂ ਹਿੱਸਾ, ਇਹਦੇ ਕਰਕੇ ਦਰਖਾਸਤ ਦੇਣ ਗਏ ਸੀਗੇ, ਹੋਰ ਨਹੀਂ ਕੋਈ ਮੈਟਰ। ਮਾਤਾ ਜੀ ਦਾ ਨਾਮ ਕੀ ਸੀ? ਰਜਿੰਦਰ ਕੌਰ। ਮਾਤਾ ਦੀ ਉਮਰ 63 ਸਾਲ। ਨਹੀਂ ਕਿਸੇ ਨੇ ਨਹੀਂ ਰਾਬਤਾ ਕੀਤਾ, ਬਸ ਵਰਕਰ ਨਹੀਂ ਆਇਆ, ਕੋਈ ਨਹੀਂ ਆਇਆ। ਨਹੀਂ ਜੀ ਨਹੀਂ, ਕੋਈ ਨਹੀਂ ਆਇਆ, ਸਿਰਫ DSP ਸਾਹਿਬ ਦਾ ਫੋਨ ਆਇਆ ਸੀਗਾ। ਉਦੋਂ ਬਾਅਦ ਉਹਨਾਂ ਨੇ 2-4 ਨੰਬਰ ਦਿੱਤਾ ਜਿਹਨਾਂ ਨੇ ਨਾਲ ਹੋ ਕੇ ਜੋ ਉਸ ਮਾਤਾ ਦਾ ਸਮਾਨ ਸੀਗਾ ਉਹ ਰਿਕਵਰ ਕਰਾਤਾ, ਅਤੇ ਡੈਡ ਬੋਡੀ ਦੁੱਧ ਦਿੱਤੀ। ਅਤੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ? ਮੈਨੂੰ 3:30 ਕਾਲ ਆਈ ਸੀਗੀ DSP ਸਾਹਿਬ ਦੇ ਚੰਡੀਗੜ੍ਹੋਂ, ਵੀ ਉਹਨਾਂ ਕੋਲ ਮਾਤਾ ਦਾ ਫੋਨ ਡਿੱਗਿਆ ਹੋਊਗਾ, ਫੋਨ ਨੰਬਰ ਨੰਬਰ ਚੈੱਕ ਕੀਤੇ ਉਹਨਾਂ ਨੇ, ਫਿਰ ਨੰਬਰ ਵਿੱਚ ਮੇਰਾ ਸੀਗਾ, ਫਿਰ ਉਹਨਾਂ ਨੇ ਮੈਨੂੰ ਕਾਲ ਕਰਕੇ ਦੱਸਿਆ। ਇਸ ਮਸਲੇ 'ਤੇ ਪਿੰਡ ਵਾਲਿਆਂ ਦਾ ਕੀ ਵਿਚਾਰ ਹੈ ਉਹ ਵੀ ਸੁਣ ਲਓ। ਹਾਂਜੀ ਅੰਕਲ ਜੀ, ਕੀ ਨਾਮ ਜੀ? ਮੇਰਾ ਨਾਮ ਮਨਜੀਤ ਸਿੰਘ ਚੀਮਾ, ਮੈਂ UK ਤੋਂ ਹਾਂ। ਮੈਂ ਫੈਮਿਲੀ ਕੋਟ ਦਾ ਮੈਜਿਸਟਰ ਆ, ਪਰ ਮੈਨੂੰ ਇਹਨੇ ਪਰਿਵਾਰ ਦੇ ਬਹੁਤ ਚੰਗੀ ਤਰ੍ਹਾਂ ਜਾਣਦੇ ਆ। ਅੱਛਾ ਜੀ। ਕਿਉਂਕਿ ਇਹਨਾਂ ਦੀ ਮਦਰ ਬਹੁਤ ਚੰਗੇ ਘਰ 'ਚੋਂ ਪਿੱਛਿਓਂ ਆਈ ਸੀ, ਥੋੜ੍ਹਾ ਇਹ ਆਮ ਐਵਰੇਜ ਪਰਿਵਾਰ ਸੀ, ਉਹਨੂੰ ਐਡਜਸਟ ਹੋਣਾ ਬੜਾ ਔਖਾ ਸੀਗਾ, ਇਸ ਕਰਕੇ ਹੋਰ ਉਹ ਲਾਲਚੀ ਨਹੀਂ ਸੀ, ਆਪਣੇ ਉਹਨੇ ਪਿੱਛੇ ਪਰਿਵਾਰ 'ਚੋਂ ਆਪਣਾ ਹਿੱਸਾ ਮੰਗਦੀ ਸੀ। ਚਲੋ ਇਹ ਤਾਂ ਫਿਰ ਉਹਨੂੰ ਵੀ ਕਹਿੰਦੇ ਜੋ ਵੀ ਪਰਿਵਾਰਕ ਸੀ ਗੱਲ, ਪਰ ਜੋ ਹੁਣ ਹੋਇਆ ਨਾ, ਇਹ ਚੰਡੀਗੜ੍ਹ ਜਿਹੜਾ CM ਆਫਿਸ ਦੀ ਕਾਫੀ ਜ਼ਿੰਮੇਵਾਰੀ ਆ, ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੇ ਮਾਰ ਦਿੱਤੀ, ਪਰ ਉਹਨਾਂ ਨੇ ਇਹਨੂੰ ਹੈਂਡਲ ਨਹੀਂ ਕੀਤਾ। ਜੇ ਗਈ ਸੀ ਉਹਨਾਂ ਤੋਂ ਐਪਲੀਕੇਸ਼ਨ ਲਈ ਤਾਂ ਘੱਟੋ ਘੱਟ ਉਹਨਾਂ ਨੂੰ ਇਹਨੂੰ ਦੇਖਣਾ ਚਾਹੀਦਾ ਸੀ ਵੀ ਕੁਛ ਵੀ ਜੋ ਵੀ ਹੈ। ਚਲੋ ਜੇ ਹੁਣ ਹੋ ਵੀ ਗਿਆ ਤਾਂ ਮੈਂ ਕਹਿੰਦਾ ਹੁਣ ਇਸ ਮੁੰਡੇ ਦੀ ਮਾੜੀ ਮੋਟੋ ਬਾਂਹ ਫੜਨ, ਇਹਦੇ ਕੋਈ ਇੰਪਲਾਇਮੈਂਟ ਨਹੀਂ, ਕੋਈ ਜ਼ਮੀਨ ਨਹੀਂ ਇਹਨਾਂ ਦੀ ਪਿੱਛੇ ਬਿਲਕੁਲ ਹੀ। ਸੋ ਇਸ ਕਰਕੇ, ਕਿਉਂਕਿ ਜਿਹੜਾ ਇਕਨੋਮਿਕ ਹਾਲਤ ਦੀ ਬਹੁਤ ਮਾੜੀ ਹੈ ਪਰਿਵਾਰ ਦੀ, ਸੋ ਮੈਂ ਤਾਂ ਇਹ ਰਿਕੁਐਸਟ ਕਰੂੰ ਵੀ ਚਲੋ ਜੋ ਵੀ ਹੋ ਗਿਆ ਉਹ ਤਾਂ ਰੱਬ ਦਾ ਭਾਣਾ ਆ, ਪਰ ਬਹੁਤ ਮੰਦਭਾਗੀ ਘਟਨਾ ਆ। ਅਸੀਂ ਪਿੰਡ ਵਾਲੇ ਇਹੀ ਮੰਗ ਕਰਦੇ ਹਾਂ ਵੀ ਜੇ CM ਨੂੰ ਥੋੜ੍ਹੀ ਬਹੁਤ ਵੀ ਜਿੰਨੇ ਬਿਆਨ ਦਿੰਦੇ ਆ, ਮਾੜਾ ਮੋਟਾ ਇਹ ਪਰਿਵਾਰ ਦੀ ਬਾਂਹ ਫੜਨੀ ਚਾਹੀਦੀ ਆ, ਹੋਰ ਉਛਾਲਦੀਆਂ ਆ, ਬਾਅਦ 'ਚ ਉਹਨੂੰ ਹੈਂਡਲ ਨਹੀਂ ਕਰਦੀਆਂ। ਕਿਉਂਕਿ ਲੋਕਾਂ ਨੂੰ ਆ ਜਾਓ ਉੱਥੇ, ਅਸੀਂ ਤੁਹਾਡੇ ਘਰ ਮਾਫ 'ਤੇ ਇਹੋ ਜਿਹੀਆਂ ਲਾਰੇ ਲਾਈ ਜਾਂਦੇ ਆ, ਗਰੀਬ ਲੋਕ ਆ ਉਹ ਸਾਰੇ ਇਹਨਾਂ ਦੀਆਂ ਗੱਲਾਂ 'ਚ ਆ ਜਾਂਦੇ ਆ, ਸਮਝ ਨਹੀਂ ਸਾ। ਅਸੀਂ ਤਾਂ ਸ਼ੌਕ ਰਹਿ ਗਿਆ ਸਾਰੇ ਪਿੰਡ ਦੇ ਵੀ ਆਹ ਕੀ ਹੋ ਗਿਆ, ਕਿਉਂਕਿ ਹਰ ਇੱਕ ਬੰਦੇ ਨਾਲ ਬੋਲਣ ਚਾਲਣ ਵਾਲੀ ਬਹੁਤ ਹਸਮੁੱਖ ਸੀਗੀ। ਪੁਲਿਸ ਨੇ ਕੋਈ ਕਾਰਵਾਈ ਕੀਤੀ, ਕੋਈ ਸੂਸ ਐਂਡ ਡੋਂਟ ਵੀ ਮਿਲਿਆ? ਬਈ ਕੋਈ ਪਤਾ ਨਹੀਂ, ਦੇਖੋ ਜੀ ਇਹ ਤਾਂ ਵੀ ਕੁਛ ਨਹੀਂ ਦਿੱਤਾ ਹੈਗਾ, ਉਹਨਾਂ ਨੇ ਬਸ ਮੈਨੂੰ ਦੱਸਿਆ ਵੀ ਜੋ ਦਰਖਾਸਤ ਦਿੱਤੀ ਸੀਗੀ ਉਹ ਉਹਨਾਂ ਕੋਲ ਹੀ ਆ, CM ਆਫਿਸ ਦੇ ਜਿਹੜੇ ਸਕਿਉਰਿਟੀ ਗਾਰਡ ਉਹਨਾਂ ਨੇ ਲੈ ਲਈ ਸੀਗੀ। ਇਹਨਾਂ ਕੋਲ ਮਾਤਾ ਦਾ 2 ਫੋਨ ਸੀਗੇ, ਬੈਗ ਸੀਗਾ, ਚਾਰਜਰ ਸੀ, ਉਹ ਨਾਲ ਪੈਸੇ ਸੀਗੇ ਥੋੜ੍ਹੇ ਜਿਹੇ 35-36 ਰੁਪਈਆ, ਉਹ ਸਾਰਾ ਮੈਨੂੰ ਸਮਾਨ ਰਿਕਵਰ ਕਰਾ ਦਿੱਤਾ।
पर मैं ये गल करता भी चलो काम होना नहीं होना वक्री गल सी, पर जो माता दरखास्त किया माता तू दे जा फड़ के रख लेंदे काम नहीं करना वक्री गल है, वो लारा लाता अज आ जा कल आ जा वो इस करके बस आ काम हो गया लारा च उलझ गए लै लेंदे तो वधिया सी, अज असर ते आ दिन ना आउंदा शायद माता दोबारा दो तीन वारी कहड़ा गई है चंडीगढ़ वो भी ना जाते। हाँ देखो सेवा बढ़ता चनी उन्होंने इन्हों लारियां की वजह नहीं बढ़ता, अभी तो कहने चलो जो हो गया असं पिछे सुटते हैं घट्टो घट इन्हों की बांह फंड फिर साडा पिंड खो इस गलते माड़ी मोटी तसली आऊ नहीं तो जी माँ चल गई उन्होंने कितों तसली बननी है, सो असी तो रिक्वेस्ट कर सकते बाकी उन्होंने मर्जी आ क्योंकि इतने देखो ये परिवार ने कोई यहोजा ड्रामा नहीं किया नहीं कबर फड़ के उत्थे बह जाते हैं इन्हें वह भाणा मन के चलो अगे चल गए, मैं कहना हमने सीएम ऑफिस की यह जिम्मेवारी आ नहीं तो फिर लोगों को पता लग जाए भी झूठे लोग है सारे भी जब बाकी पार्टियां रौला पाउंदियां उदी इह पाउंदे आ। मसले हल कराउण दीआं सिफतां सुण मुख्यमंत्री कोल अपना मसला लैके गई माता नूं सरकारी तंत्र ने अजिहा परेशान किया कि मसला हल कराउणा तां दूर माता ने मजबूर हो अपनी जिंदगी का ही मसला खत्म कर लिया। हकीकत टीवी पंजाबी लई नकोदर तों पुनीत अरोड़ा की रिपोर्ट।